ਦੇ ਨਾਂ ਤੋਂ, ਹਜ਼ਰਤ ਅਮੀਰੇ ਮੁਆਵਿਆ ਪਾਕ ਦੇ ਨਾਂ ਤੋਂ, ਹਜ਼ਰਤ ਅਬੂ ਸੁਫੀਆਨ ਦੇ ਨਾਂ ਤੋਂ ਜਿਹੜਾ ਸੜੇ ਉਹ ਸੁੰਨੀ ਨਹੀਂ, ਉਹ ਪੱਕਾ ਰਾਫਜ਼ੀ ਹੈ। ਸੁੰਨੀ ਉਹਨੂੰ ਆਉਂਦੇ ਜਿਹੜਾ ਸਹਾਬਾ ਦੀ ਗੱਲ ਸੁਣ ਕੇ ਵੀ ਠਰੇ ਤੇ ਹਜ਼ੂਰ ਦੀ ਆਲ ਦੀ ਗੱਲ ਸੁਣ ਕੇ ਵੀ ਠਰੇ। ਉਹਨਾਂ ਥੋੜ੍ਹਾ ਜਿਹਾ ਹੋਰ ਇਤਨਾ ਵਕਤ ਨਹੀਂ ਹੈ, ਅੱਲਾਹ ਤਾਲਾ ਮਜ਼ੀਦ ਬਰਕਤਾਂ ਅਦਾ ਫਰਮਾਏ। ਅਸੀਂ ਸੁੰਨੀ ਹਾਂ ਅਲਹਮਦੁਲਿਲਾ। ਤੇ ਹੁਣ ਲੱਖ ਕੋਈ ਕਹੇ ਕਿ ਮੈਂ ਵੀ ਸੁੰਨੀ ਹਾਂ, ਮੈਂ ਵੀ ਸੁੰਨੀ ਹਾਂ, ਲੇਕਿਨ ਉਹਦੇ ਕੋਲ ਸਹਾਬਤ ਦੇ ਬੋਗਸ ਦੀ ਬੋਆ ਆਉਂਦੀ, ਉਹ ਸੁੰਨੀ ਨਹੀਂ। ਕਹਿਣ ਦੇ ਨਾਲ ਬੰਦਾ ਸੁੰਨੀ ਨਹੀਂ ਬਣਦਾ ਕਿ ਬੰਦਾ ਕਹੇ ਮੈਂ ਸੁੰਨੀ ਹਾਂ। ਜਿਵੇਂ ਕਿਬਲਾ ਮੀਰ ਮੁਜਾਹਿਦੀਨ ਅੱਲਾ ਮਹਾਫਿਦ ਖਾਦਮ ਹੁਸੈਨ ਸਾਹਿਬ ਰਜ਼ਵੀ ਨੰਬਰ ਅੱਲਾ ਅਦਾ ਫਰਮਾਉਂਦੇ ਸਨ ਕਿ ਬੰਦਾ ਆਪਣੀ ਆਦਤ ਤੋਂ ਪਹਿਚਾਣਿਆ ਜਾਂਦਾ ਹੈ, ਤੇ ਹਰ ਬੰਦਾ ਆਪਣੀ ਆਦਤ ਤੋਂ ਆਪਣੇ ਨਜ਼ਰੀਆਤ ਦੀ ਪਹਿਚਾਣ ਹੋ ਜਾਂਦੀ ਹੈ। ਲੱਖ ਹੋਵੇ ਮੈਂ ਸੁੰਨੀ ਹਾਂ ਤੇ ਸਹਾਬਾ ਦੇ ਖਿਲਾਫ਼ ਬੋਲੇ, ਅਹਿਲੇ ਬੈਤ ਦੇ ਖਿਲਾਫ਼ ਬੋਲੇ, ਇਮਾਮ ਹੁਸੈਨ ਨੂੰ ਬਾਹਰ ਹੀ ਕਹਿੰਦਾ ਰਹੇ ਤੇ ਕਹੇ ਮੈਂ ਸੁੰਨੀ ਹਾਂ, ਮਾਦਤ ਦਾ ਉਹ ਸੁੰਨੀ ਤੇ ਕੋਈ ਨਹੀਂ। ਸੈਯਦਨਾ ਸਿੱਦੀਕ ਅਕਬਰ ਦੀ ਫਜ਼ੀਲਤ ਦਾ ਇਨਕਾਰ ਕਰੇ, ਅਫਜ਼ਲੀਅਤ ਦਾ ਇਨਕਾਰ ਕਰੇ, ਹਜ਼ਰਤ ਅਮੀਰ ਮੁਆਵਿਆ ਪਾਕ ਦੀ ਜੰਤੀ ਹੋਣ ਦਾ ਇਨਕਾਰ ਕਰੇ ਤੇ ਕਹਿੰਦਾ ਰਹੇ ਮੈਂ ਸੁੰਨੀ ਹਾਂ, ਸੁੰਨੀ ਕੋਈ ਨਹੀਂ। ਸੁੰਨੀ ਉਹ ਹੀ ਹੈ ਜਿਹਦੇ ਮਜ਼ਹਬ ਦਾ ਮਿਆਰ ਪੈਸਾ ਨਹੀਂ, ਇਰਾਨ ਦਾ ਮਾਲ ਨਹੀਂ, ਸਾਊਦੀ ਅਰਬ ਦੇ ਰਿਆਲ ਨਹੀਂ, ਅੱਲਾਹ ਦਾ ਕੁਰਾਨ ਹੈ ਔਰ ਮੁਹੰਮਦ ਅਰਬੀ ਅਲੈਹ ਸਲਾਮ ਦਾ ਫਰਮਾਨ। ਥੋੜ੍ਹਾ ਹੋਰ ਉੱਚੇ ਬੋਲਣਾ, ਸੁਭਾਨ ਅੱਲਾਹ। ਜਿਸ ਵੇਲੇ ਬਾਤ ਆਈ ਨਾ ਮੌਲਾ ਕਾਇਨਾਤ ਮੌਲਾ ਅਲੀ ਸ਼ਰ ਖੁਦਾ ਰਜ਼ੀ ਅੱਲਾਹ ਤਾਲਾ ਅਨੂ ਦੀ ਬਾਰਗਾਹ ਵਿੱਚ ਸਾਇਦੀਨ ਇਹ ਸਵਾਲ ਲੈ ਕੇ ਹਾਜ਼ਰ ਹੋਏ। ਮਸਲਾ ਕੋਈ ਨਮਾਜ਼ ਦਾ ਨਹੀਂ ਸੀ, ਮਸਲਾ ਸੀ ਕਿ ਅਹਲ ਸੁਨਤ ਵ ਜਮਾਤ ਦੇ ਮਜ਼ਹਬ ਦਾ ਮਿਆਰ, ਅਹਲ ਸੁਨਤ ਦੇ ਮਸਲਕ ਦਾ ਮਿਆਰ, ਅਹਲ ਸੁਨਤ ਦੀ ਅਕਾਨੀਅਤ, ਅਹਲ ਸੁਨਤ ਦਾ ਸ਼ਿਆਰ ਕੀ ਹੈ। ਤੇ ਮੌਲਾ ਕਾਇਨਾਤ ਨੇ ਸਵਾਲ ਸੁਣ ਕੇ ਨਾ ਜਿਹੜੇ ਆਏ ਸੀ ਮਸਲਾ ਪੁੱਛਣ ਲਈ, ਆਪਨੇ ਪਹਿਲੇ ਫਰਮਾ ਕੇ ਪਹਿਲੇ ਇਹ ਨਖੇੜਾ ਕਰ ਲਈਏ ਬਸ ਸੱਚੇ ਕੌਣ ਹੈ। ਉਹ ਸਾਇਲੀਨ ਨੇ ਆਖਿਆ ਹਜ਼ੂਰ ਇਹ ਤੇ ਗੱਲ ਕਰਨ ਹੀ ਵਾਲੀ ਹੈ, ਬਸ ਪਹਿਲੇ ਇਹ ਨਖੇੜਾ ਹੋ ਜਾਏ ਸੱਚੇ ਕੌਣ ਹੈ। ਆ ਫਰਮਾਇਆ ਅੰਮਾ ਬਹੁਮ ਬਹਲ ਸੁਨਨਾ, ਫਰਮਾਇਆ ਮੈਂ ਅਲੀ ਦੇ ਨਜ਼ਦੀਕ ਸੱਚੇ ਉਹ ਨੇ ਜਿਹੜੇ ਸੁਣੀ। ਸੁਭਾਨ ਅੱਲਾਹ ਬਣਦੀ ਵੈਸੇ ਮਾਸ਼ਾਅੱਲਾ, ਅੱਛੋ ਕੇ ਬਣਦੀ ਤੇ ਗਰਮੀ ਇੰਜ ਵੀ ਲੱਗਣੀ, ਫਿਰ ਬੋਲਣਾ ਤਰਾ। ਮੌਲਾ ਕਾਇਨਾਤ ਨੇ ਕੀ ਫਰਮਾਇਆ, ਜਿਹੜੇ ਸੁਣੀ ਨੇ ਉਹ ਸਹੀ ਨੇ। ਉਹ ਲੱਖ ਵੀ ਕੋਈ ਕਹਿੰਦਾ ਰਵੇ ਕਿੱਥੋਂ ਕਿੱਥੋਂ ਮੌਲਵੀ ਸੱਦ ਕੇ, ਜਨਾਬੇ ਵਾਲਾ ਪੀਰ ਸੱਦ ਕੇ ਦੋ ਨੰਬਰ ਬਾਜ਼ਾਰੀ, ਅਸਾਂ ਠੀਕ ਆ। ਜਦੋਂ ਮੌਲਾ ਅਲੀ ਨੇ ਮੋਹਰ ਲਾ ਛੱਡੀ ਇਸ ਧਰਤੀ ਤੇ, ਮੌਲਾ ਅਲੀ ਵਰਗਾ ਮੈਂ ਜ਼ਮਾਨਾ ਮੁਸਤਕਬਿਲ ਦੀ ਬਾਤ ਕਰ ਰਿਹਾ ਔਰ ਹਾਲ ਦੀ ਗੱਲ ਕਰ ਰਿਹਾ, ਮਾਜ਼ੀ ਦੀ ਮੈਂ ਬਾਤ ਨਹੀਂ ਕਰ ਰਿਹਾ। ਜ਼ਮਾਨੇ ਹਾਲ ਔਰ ਇਸਤਕਬਾਲ ਦੇ ਅੰਦਰ ਮੌਲਾ ਅਲੀ ਵਰਗਾ ਨਾ ਕੋਈ ਕਿਸੇ ਮਾਊ ਨੇ ਆਲਮ ਜੰਮਣਾ ਹੈ, ਗੰਢੀ ਤੇ ਹੈ ਨਜ਼ਰਾ ਬਣਨਾ ਤੇ ਹੈ, ਨਾ ਕਿਸੇ ਕਿਸੇ ਮਾਊ ਨੇ ਇਹ ਜਿਹਾ ਪੀਰ ਜੰਮਣਾ। ਜਦੋਂ ਮੌਲਾ ਕਾਇਨਾਤ ਮੌਲਾ ਅਲੀ ਸ਼ੇਰ ਖੁਦਾ ਨੇ ਇਹ ਫੈਸਲਾ ਦੇ ਦਿੱਤਾ, ਜਿਹੜੇ ਸੱਚੇ ਉਹ ਸੁਣੀ, ਹੱਕ ਤੇ ਸੁਣੀ, ਸੱਚੇ ਸੁਣੀ, ਮੈਨੂੰ ਲੱਖ ਵੀ ਕੋਈ ਕਹਿੰਦਾ ਰਹੇ ਕਿ ਜਨਾਬ ਮੈਂ ਠੀਕ ਆ ਸੁਣੀ ਇੰਜ, ਉਹ ਤੇ ਕਹਿਣ ਦੇ ਨਾਲ ਸੁਣੀ ਦਾ ਨਜ਼ਰੀਆ ਜਾਂ ਸੁਣੀ ਦਾ ਅਕੀਦਾ। ਜਦੋਂ ਮੌਲਾ ਅਲੀ ਨੇ ਮੋਹਰ ਲਾ ਛੱਡੀਏ, ਸੁਣਨਾ ਕਿਤਾਬ ਦਾ ਨਾਮ ਨਹੀਂ ਇਹਤਜਾਜਤ ਰਸੀ ਜਿਲਦ ਪਹਿਲੀ ਸਫ਼ਾ ਨੰਬਰ 361 ਹੈ ਔਰ ਸਫ਼ਾ ਨੰਬਰ 362 ਹੈ, ਦੋ ਲੈਣਾ ਸਫ਼ਾ ਨੰਬਰ 261 ਤੇ ਦਿਲ ਲੈਣਾ ਸਫ਼ਰ 262 ਤੇ। ਇਹ ਕਿਤਾਬ ਸਾਡੀ ਨੇ ਸ਼ੀਆ ਮਜ਼ਹਬ ਦੀ ਮੋਤਬਰ ਤੇ ਮੁਸਤਨਦ ਕਿਤਾਬ ਦੇ ਛਾਪਾ ਤਹਿਰਾਨ ਦਾ, ਕਈ ਮਤਲਬ ਪੀਰ ਸਾਹਿਬਾਨ ਤਸ਼ਰੀਫ ਫਰਮਾਨੇ, ਜਣਿਆਂ ਦਾ ਸਥਾਨ ਹੈ ਤੇ ਜਣਿਆਂ ਦੀ ਦਾਵਤ ਤੇ ਬੰਦਾ ਆਵੇ ਤਾਂ ਫਿਰ ਅੱਗੇ ਵੀ ਤੇ ਜਣੇ ਹੀ ਹੋਣੇ ਚਾਹੀਦੇ ਨੇ ਭਾਈ। ਕਿਤਾਬ ਦਾ ਹਵਾਲਾ ਦੇਣਾ, ਸਬੂਤ ਪੇਸ਼ ਕਰਨਾ, ਆਪਣੇ ਦਾਅਵੇ ਨੂੰ ਪੈਗੀ ਦਲੀਲ ਨਾਲ ਸਾਬਿਤ ਕਰਨਾ, ਇਹ ਫਿਰਕਾ ਬਰੀਅਤ ਨਹੀਂ, ਇਸ਼ਤਿਜਾਰ ਅੰਗੇਜ਼ੀ ਨਹੀਂ ਭਾਈ। ਇਹ ਮੇਰੇ ਮਸਲਕ ਦਾ ਮਿਆਰ ਔਰ ਸ਼ਿਆਰ, ਇਹ ਮੇਰਾ ਮੇਰਾ ਹੱਕ ਹੈ ਔਰ ਮੇਰੀ ਇਹ ਸੁਮਨਦਾਰੀ ਹੈ ਕਿ ਜਿਹੜਾ ਦਾਅਵਾ ਕੀਤਾ ਜਾਏ ਉਸਨੂੰ ਦਲੀਲ ਦੇ ਨਾਲ ਸਾਬਤ ਕੀਤਾ ਜਾਏ। ਮੌਲਾ ਕਾਇਨਾਤ ਮੌਲਾ ਅਲੀ ਦਾ ਇਹ ਫੈਸਲਾ, ਮੌਲਾ ਕਾਇਨਾਤ ਮੌਲਾ ਅਲੀ ਦਾ ਇਹ ਪਿਆਰਾ ਜਵਾਬ, ਆਪ ਦੇ ਮੂੰਹ ਪਾਕ ਚੋਂ ਨਿਕਲੇ ਪਿਆਰੇ ਜੁਮਲੇ, ਅੱਜ ਵੀ ਕਿਤਾਬ ਇਹਤਜਾਜਤ ਰਸੀ ਜਿਲਦ ਪਹਿਲੀ ਛਾਪਾ ਤਹਿਰਾਨ ਦਾ ਸਫ਼ਾ ਨੰਬਰ 361 ਸਫ਼ਾ ਨੰਬਰ 362 ਦੇ ਉੱਤੇ ਇਹ ਲਫ਼ਜ਼ ਮੌਜੂਦ ਨੇ। ਹਵਾਲਾ ਗਲਤ ਹੋਵੇ, ਪਾਠ ਗਲਤ ਹੋਵੇ, ਅਗਰ ਸਫ਼ਾ 361 ਤੇ 362 ਨਾ ਹੋਵੇ, ਹੁਣ ਤੁਹਾਡੇ ਵੱਲੋਂ ਦਾਦ ਨਾ ਤੇ ਦੁੱਖ ਤੇ ਰਹਿਣਗੇ ਨੇ ਜ਼ਰਾ। ਹਵਾਲਾ ਗਲਤ ਹੋਵੇ, ਇਹ ਜੁਮਲੇ ਇਹ ਕਿਤਾਬ ਸ਼ੀਅਤ ਦੀ ਮੋਤਬਰ ਤੇ ਮੁਸਤਨਦ ਕਿਤਾਬ ਦੇ ਵਿੱਚ ਨਾ ਹੋਣ, ਇਹ ਟੋਕਾ ਪੀਰ ਅਬਦੁਲ ਕਰੀਮ ਸਾਹਿਬ ਦਾ ਤੇ ਸਾਰੇ ਮੁਹੰਮਦ ਯੂਸਫ ਰਜ਼ਵੀ ਦਾ, ਇਸ ਟੋਕੇ ਨਾਲ ਜਣੋ ਨਾ ਜਣੇ ਬਣ ਕੇ ਤੇ ਬੋਲੋ। ਹਰ ਕਲਮ ਖੂਨ ਮਾਫ, ਜੇ ਕਿਤਾਬ ਵੀ ਉਹਨਾਂ ਦੀ ਹੋਵੇ, ਜਮਾਤ ਤੇਰੀ ਔਰ ਮੇਰੀ ਹੋਵੇ, ਫਤਵਾ ਮੌਲਾ ਅਲੀ ਸ਼ੇਰ ਖੁਦਾ ਤੋਂ ਹੋਵੇ, ਹੈਦਰ ਕਰਾਰ ਤੋਂ ਹੋਵੇ, ਫਾਤਿਹ ਖੈਬਰ ਤੋਂ ਹੋਵੇ, ਹਸਨੈਨ ਦੇ ਬਾਬੇ ਤੋਂ ਹੋਵੇ ਤੇ ਅਸਤਾਨਾ ਅਲੀਆ ਪੀਰ ਬਾਨੂ ਸ਼ਰੀਫ ਦੇ ਆਉਣ ਵਾਲੇ ਅਸਤਾਨਾ ਅਲੀਆ ਪੀਰ ਬਾਨੂ ਸ਼ਰੀਫ ਦੇ ਨਾਲ
محبت کرنے والے ذرا پھر دل تے ہاتھ رکھ میرا قید فرمیندا دل تے ہاتھ رکھ شہزاد عبدالحمید تے سچ سچ دس اے دنیا ادھر دی صوفی صاحب ادھر ہو جائے سنی تن مبارک ہوے تو مردا مر جان گا تیرے عقیدے چ نہ صحابہ دے بغض دی بو علی مصطفی دی گل بعد دے ہو سبحان اللہ فرمایا حسن حسین سنیوں دے دل دی ٹھنڈک آکھدا چین پھر رسوی جو